ये संसार का बजने करुणा में सब दुख भरो ये Thank you.
ਭਾਵੇਂ ਕੁਛ ਸਮਝ ਆਉਂਦਾ ਹੈ ਭਾਵੇਂ ਨਹੀਂ ਸਮਝ ਆਉਂਦਾ, ਅਸੀਂ ਗਾਣਾ ਹੈ, ਸਾਡਾ ਕਰਮ ਹੈ ਗਾਣਾ। ਪਹਿਲੀ ਪੌੜੀ ਗਾਣਾ ਹੈ, ਗਾਵਤ ਗਾਵਤ ਪਰਮਗਤ ਦਾ ਇਹ ਤੁਕ ਤੁਸੀਂ ਸਾਰਿਆਂ ਨੇ ਪਹਿਲੇ ਬੋਲ ਕੇ ਵਿਖਾਉਣੀ ਹੈ। ਗਾਵਤ ਗਾਵਤ ਪਰਮਗਤ ਦਾ ਸਾਰੇ ਆਪਣੇ ਕੀ ਅਜੇ ਰਹਿ ਗਏ, ਜਦੋਂ ਸਾਰੇ ਬੋਲੋਗੇ ਨਾ ਦੇਖਿਓ ਕੈਸੀ ਵਾਈਬ੍ਰੇਸ਼ਨ ਹੈ। ਗਾਵਤ ਗਾਵਤ ਪਰਮਗਤ ਪਾਏ ਇਹ ਸਿੱਖੀ ਦਾ ਮੁੱਢ ਹੈ। ਗਾਉਣਾ ਭਾਵੇਂ ਪ੍ਰਭਾਤ ਫੇਰੀ ਤੇ ਗਾਵੇ, ਭਾਵੇਂ ਸੁਖਾਸਨ ਤੋਂ ਬਾਅਦ ਗਾਵੇ, ਭਾਵੇਂ ਅੰਮ੍ਰਿਤ ਵੇਲੇ ਗਾਵੇ, ਭਾਵੇਂ ਸੁਖਮਨੀ ਸਾਹਿਬ ਤੋਂ ਬਾਅਦ ਬੀਬੀਆਂ ਗਾਉਣ, ਗਾ ਜਿੱਦਾਂ ਮਰਜ਼ੀ ਗਾ ਗਾ। ਇੱਥੋਂ ਸ਼ੁਰੂਆਤ ਹੈ, ਜਦੋਂ ਗਾਏਗਾ ਆਪੇ ਨਾਨਕ ਜੀ ਵੇਖਣਗੇ ਕਿੱਥੇ ਲੈ ਕੇ ਗਿਆ। ਗਾਵਤ ਗਾਵਤ ਪਰਮ ਗਤ ਕਿਸੇ ਨੇ ਗਾਇਆ, ਗਾਵਤੇ ਉਧਰੈ ਸੁਣਤੇ ਉਧਰੈ ਬਿਨਸੇ ਵੀ ਪਾਪ ਕਰਨਗੇ, ਬਿਨਸੇ ਪਾਪ ਕਰਨਗੇ ਕੌਣ ਜਾਣੇ। ਗਾਉਣਾ ਸਿੱਖੀ ਦਾ ਮੁੱਢ ਹੈ। ਸ਼ਬਦ ਜੇ ਆਪਾਂ ਯਾਦ ਕਰ ਲਈਏ, ਜੇਤੇ ਸਾਸ ਗ੍ਰਾਸ ਮਨ ਲੇਤਾ, ਆਖੋਗੇ ਜੇਤੇ ਸਾਸ ਗ੍ਰਾਸ ਮਨ ਲੇਤਾ ਤੇਤੇ ਹੀ ਗੁਣ ਕਰ। ਹੁਣ ਤੂੰ ਘੰਟਾ ਕੁ ਅੰਮ੍ਰਿਤ ਵੇਲਾ ਕਰ, ਢਾਈ ਘੰਟੇ ਕਰ, ਤਿੰਨ ਘੰਟੇ ਕਰ, ਇੱਥੇ ਜਿਹੜੀ ਗੱਲ ਹੈ ਸਾਸ ਗ੍ਰਾਸ ਦੀ, ਦਾਤ ਮੰਨਣੀ ਸਾਸ ਗ੍ਰਾਸ ਦੀ ਹੈ। ਭਾਵੇਂ ਤੇਰੇ ਕੋਲ ਸੱਚੇ ਪਾਤਸ਼ਾਹ ਢਾਈ ਘੰਟੇ ਨਾਮ ਜਪਾਂ ਤੇ ਭਾਵੇਂ ਤਿੰਨ ਘੰਟੇ, ਇੱਕ ਤਿਲ ਪਿਆਰਾ ਵਿਸਰੈ ਭਗਤ ਕਿੰਨੇ ਹੀ ਹੋਏ। ਇੰਨੀ ਵੱਡੀ ਸਟੇਜ ਦੇ ਮਾਲਕ ਸੀ ਕਿ ਭਗਤ। ਸ਼ਬਦ ਨੂੰ ਯਾਦ ਰੱਖਣਾ ਜੀ, ਜੇਤੇ ਸਾਸ ਗ੍ਰਾਸ ਮਨ ਲੇਤਾ, ਆਖੋ ਜੀ ਸਾਸ ਗ੍ਰਾਸ ਮਨ ਲੇਤਾ ਤੇਤੇ ਹੀ ਗੁਣ ਗਾਈ। ਜੇਤੇ ਸਾਸ ਗ੍ਰਾਸ ਮਨ ਲੇਤਾ, ਜੇਤੇ ਸਾਸ ਗ੍ਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਐ, ਜੋ ਹੋਏ ਦਿਆਲ ਸਤਿਗੁਰ ਆਪਣਾ, ਜੋ ਹੋਏ ਦਿਆਲ ਸਤਿਗੁਰ ਆਪਣਾ ਤਾਂ ਇਹ ਮਤ ਬੁੱਧ ਭਾਈ, ਤਾਂ ਇਹ ਮਤ ਬੁੱਧ ਇਹ ਬੁੱਧੀ ਮਿਲਦੀ ਇੱਥੋਂ ਹੈ। ਵਾਹਿਗੁਰੂ ਸਾਰੇ ਨਹੀਂ ਆਪ ਸਕਦੇ, ਜਿਹਦੀ ਮਤ ਵਿੱਚ ਪ੍ਰੇਮ ਪਾਏਗਾ, ਜਿਹਨੂੰ ਮਤ ਬਖਸੇਗਾ, ਉਸੇ ਨੇ ਆਖਣਾ ਵਾਹਿਗੁਰੂ, ਉਸੇ ਨੇ ਨਾਮ ਜਪਣਾ। ਸਾਰੇ ਨੇ ਕੋਸ਼ਿਸ਼ ਕਰਨੀ ਜੇ ਅੱਖ ਖੁੱਲੇਗੀ ਕਹਿਣਾ ਬੰਦ ਹੋ ਗਿਆ, ਜੇ ਵਾਗੇਗੀ ਬਸ ਕਰ ਕਹਿ ਨਹੀਂ ਗਾਉਣਾ ਨਹੀਂ ਗਾਣਾ। ਕੰਨਾਂ ਨੇ ਸੁਣਨਾ, ਜੇਬਾਂ ਨੇ ਬੋਲਣਾ, ਜਿੰਨੀ ਦੇਰ ਬੋਲੇਗੀ ਉਹਨਾਂ ਸਵਾਦ ਲਈ। ਜਿੱਤੇ ਸਾਸ ਗ੍ਰਾਸ ਮਨ ਲੇਤਾ ਜਿੰਨੇ ਸਾਸ ਗ੍ਰਾਸ ਮਨ ਲੇਤਾ ਇੱਥੇ
Yeah.
Thank you.
Thank you.
Thank you.
Thank you.
ਨੂੰ ਨਹੀਂ ਸਮਝ ਆਇਆ ਨਾ, ਥੋੜਾ ਥੋੜਾ ਸਵਾਦ ਉਹਨਾਂ ਨੂੰ ਵੀ ਆਇਆ ਨਾ। ਆਖੋ ਵਾਹਿਗੁਰੂ, ਇਹ ਤਾਂ ਹੋ ਹੀ ਨਹੀਂ ਸਕਦਾ ਸਵਾਦ ਨਾ। ਸੱਚੇ ਪਾਤਸ਼ਾਹ ਜਿਹੜਾ ਨਾਮ ਜਪਦਾ ਨਾ, ਗੁਰੂ ਕਾ ਸਿੱਖ ਜਿਹੜਾ ਨਾਮ ਜਪਦਾ, ਸਾਨੂੰ ਵਾਹਿਗੁਰੂ ਮਿੱਠਾ ਨਹੀਂ ਲੱਗਦਾ। ਆਖੋ ਵਾਹਿਗੁਰੂ, ਸਾਨੂੰ ਨਹੀਂ ਲੱਗਦਾ, ਕਿਸੇ ਵਿਰਲੇ ਨੂੰ ਮਿੱਠਾ ਲੱਗਦਾ, ਸਾਰਿਆਂ ਨੂੰ ਹੀ ਮਿੱਠਾ ਲੱਗਦਾ। ਵਾਹਿਗੁਰੂ ਮਿੱਠਾ ਲੱਗਣਾ ਮਤਲਬ ਸਾਰੀਆਂ ਚੀਜ਼ਾਂ ਹੋਰ ਜਿਹੜੀਆਂ ਚੀਜ਼ਾਂ ਨਾ ਉਹ ਫਿੱਕੀਆਂ ਹੋਣ, ਇਹ ਨਿਸ਼ਾਨੀ ਹੈ। ਜਦੋਂ ਵਾਹਿਗੁਰੂ ਮਿੱਠਾ ਲੱਗੇਗਾ ਹੋਰ ਚੀਜ਼ਾਂ ਫਿੱਕੀਆਂ ਪੈ ਜਾਣਗੀਆਂ। ਸਭੇ ਵਸਤੂ ਕੌੜੀਆਂ ਸੱਚੇ ਨਾਮ ਮਿੱਠਾ, ਸਭੇ ਵਸਤੂ ਕੌੜੀਆਂ ਸੱਚੇ ਨਾਮ ਕਹਿ ਕੇ ਵੇਖੋ, ਸਭੇ ਵਸਤੂ ਕੌੜੀਆਂ ਸੱਚੇ ਨਾਮ ਮਿੱਠਾ ਮਿੱਠਾ, ਸਭੇ ਵਸਤੂ ਗੌੜੀਆਂ ਸੱਚੇ ਨਾਮ। ਸਾਧ ਆਇਆ ਤਿੰਨ ਹੱਦ ਨਾ ਚੱਕ ਸਾਧੀ ਡਿੱਠਾ, ਇਹਦਾ ਨਹੀਂ ਆਊਗਾ ਸਵਾਦ। ਸਾਹਮਣੇ ਰੱਖ ਕੇ ਨਹੀਂ ਮਜ਼ਾ, ਚੱਕ ਕੇ ਨਹੀਂ। ਸਾਧ ਆਇਆ ਤਿੰਨ ਹੱਦ ਨਾ ਚੱਕ ਸਾਧੀ ਡਿੱਠਾ, ਅੱਖਾਂ ਨਾਲ ਦੇਖਿਆ, ਜੇਬਾਂ ਨਾਲ ਚੱਕਿਆ, ਮਿੱਠਾ ਸੀ ਨਾ ਸੀ ਚੱਕਿਆ ਅਤੇ ਨਾ ਅਸੀਂ ਦੇਖਿਆ ਅਤੇ ਨਾ ਸਾਡੇ ਵਾਸਤੇ ਮਿੱਠਾ। ਜਿਹਨੂੰ ਲੱਗਾ ਮਿੱਠਾ, ਉਹਦੇ ਵਾਸਤੇ ਜਿਹੜੇ ਹੋਰ ਸਵਾਦ ਹੈ ਨਾ, ਹੋਰ ਸਾਧ ਸਭ ਫਿੱਕਿਆ, ਹੋਰ ਸਾਧ ਸਭ ਥੋੜ੍ਹਾ ਥੋੜ੍ਹਾ ਰਿਸਪੋਂਸ ਦਿਓ, ਬੋਲੋਗੇ ਨਾ ਸਵਾਦ ਹੈ, ਹੋਰ ਸਾਧ ਸਭ ਫਿੱਕਿਆ ਫਿੱਕਿਆ ਫਿੱਕੇ ਹੋ ਗਏ, ਤਨ ਮਨ ਫਿੱਕਾ। ਬਿਨ ਪਰਮੇਸ਼ਰ ਜੋ ਕਰੇ ਫਿਟ ਸੋ ਜੀਵਨ ਸੋਏ, ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ। ਉਹ ਹਰੀ ਦੇ ਗੁਣ ਮਿੱਠੇ ਨੇ, ਬਾਕੀ ਸਭ ਤੇ ਕੌੜੇ ਨੇ। ਹੁਣ ਕਹਿੰਦਾ ਮੈਂ ਤਾਂ ਮੂੰਹ ਚ ਪਾਇਆ ਨਾ ਤੇ ਮਿੱਠਾ ਲੱਗਦਾ, ਜੇ ਦੁਨੀਆਂ ਦਾ ਜਿੰਨਾ ਮਿੱਠਾ ਜੇ ਕਦੀ ਖਾ ਕੇ ਦੇਖ ਲਓ, ਕੋਈ ਵੀ ਮਿਠਿਆਈ ਕੋਈ ਵੀ ਗੁਲਾਬ ਜਾਮਨ ਜਿੰਨਾ ਚਿਰ ਮੂੰਹ ਤੇ ਰੱਖੇਗਾ ਉਨੀ ਦੇਰ ਮਿੱਠਾ, ਥੋੜ੍ਹੀ ਦੇਰ ਬਾਅਦ ਉਹ ਬਕ ਬਕਾ ਹੋ ਜਾਂਦਾ ਮੂੰਹ 'ਚ ਸਵਾਦ। ਕਦੀ ਪ੍ਰੈਕਟੀਕਲ ਕਰਕੇ ਜਿਹੜਾ ਖਾਧਾ ਹੋਇਆ ਮਿੱਠਾ ਬੇਸਵਾਦਾ ਹੋ ਜਾਂਦਾ, ਪਰ ਰੱਬ ਦਾ ਨਾਮ ਲੈਣ ਵਕਤ ਮਿੱਠਾ ਨਹੀਂ ਲੱਗਦਾ, ਲੈਂਦਿਆਂ ਲੈਂਦਿਆਂ ਬਾਰ ਬਾਰ ਪ੍ਰਭ ਜਪੀ ਹੈ ਪੀ ਅੰਮ੍ਰਿਤ ਦੇ ਮਨ ਤਨ ਧਰਮੀ ਹੈ। ਜਿਉਂ ਜਿਉਂ ਜਪੀ ਜਾਏਗਾ, ਜਿਉਂ ਜਿਉਂ ਜਪੀ ਜਾਏਗਾ, ਜਿਉਂ ਜਿਉਂ ਜਪੀ ਜਾਏਗਾ, ਮਿੱਠਾ ਹੁੰਦਾ ਗਿਆ। ਜਿਉਂ ਜਿਉਂ ਮਿੱਠਾ ਹੋਏਗਾ ਫਿਰ ਇਹ ਸਵਾਦ ਕੌੜਾ ਨਹੀਂ ਹੁੰਦਾ। ਇਸ ਭੋਜਨ ਦਾ ਫਾਇਦਾ ਇਹ ਹੈ ਕਿ ਇਸ ਭੋਜਨ ਨੂੰ ਖਾਣ ਵਾਲਾ ਵੀ ਕਦੀ ਉਹਦੀ ਭੁੱਖ ਮਿੱਟਦੀ ਨਹੀਂ ਤੇ ਭੋਜਨ ਮੁੱਕਦਾ ਨਹੀਂ। ਇੱਕ ਇਹਦੀ ਖਾਸੀਅਤ ਹੈ, ਦੁਨਿਆਵੀ ਲੰਗਰ ਤਿਆਰ ਕੀਤਾ ਨਾ, ਇਹਨੇ ਸੰਗਤ ਨੇ ਛਕਣਾ ਤੇ ਇਹਨੇ ਸਮਾਪਤੀ ਹੋ ਜਾਣੀ। ਆਖੋ ਵਾਹਿਗੁਰੂ। ਪਰ ਜਿਹੜਾ ਪਰਮਾਰਥ ਦਾ ਭੋਜਨ ਹੈ ਨਾ, ਇਹਨੇ ਮੁੱਕਣਾ ਤੇ ਖਾਣ ਵਾਲੇ ਨੇ ਵੀ ਉਹਦੀ ਤ੍ਰਿਸ਼ਨਾ ਮਿਟਣੀ ਨਹੀਂ। ਇੱਕ ਵਾਰੀ ਭੁੱਖ ਲੱਗਦਾ, ਅਜੇ ਸਾਨੂੰ ਭੁੱਖ ਨਹੀਂ ਲੱਗੀ। ਜੇ ਸਤਿਗੁਰੂ ਕਹਿੰਦੇ ਨੇ ਸਭ ਜਨਮ ਦਿਨਾਂ ਦਾ ਸਫਲ ਹੈ ਜਿਹਨਾਂ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ, ਉਹਦਾ ਜਨਮ ਸਫਲ ਹੋ ਗਿਆ ਜਿਹਨੂੰ ਨਾਮ ਦੀ ਭੁੱਖ ਲੱਗਣੀ। ਸਾਨੂੰ ਰੋਟੀ ਦੀ ਭੁੱਖ ਲੱਗਦੀ ਆ, ਮੋਰਨਿੰਗ ਦਾ ਭੋਜਨ ਖਾਣਾ, ਆਫਟਰਨੂਨ ਖਾਣਾ, ਨਾਈਟ ਵਿੱਚ ਖਾਣਾ, ਸ਼ਾਮ ਦੀ ਚਾਹ ਪੀਣੀ, ਹਰੇਕ ਦੀ ਤੜਫ ਲੱਗਦੀ ਹੈ। ਸਾਡਾ ਮੰਗਦਾ ਸਰੀਰ, ਪਰ ਕਿਸੇ ਵਿਰਲੇ ਦਾ ਹੈ ਜਿਹਦੇ 3 ਵਜੇ ਉੱਠ ਕੇ, 2 ਵਜੇ ਉੱਠ ਕੇ, 12 ਵਜੇ ਉੱਠ ਕੇ ਨਾਮ ਜਪਣ ਦਾ ਇੱਕ ਭੁੱਖ ਲੱਗਦੀ ਹੈ, ਇੱਕ ਨਿਤਨੇਮ ਦੀ ਭੁੱਖ ਲੱਗਦੀ ਹੈ, ਪਾਣੀ ਦੀ ਭੁੱਖ ਲੱਗਦੀ ਹੈ। ਭੱਜ ਭੱਜ ਕੇ ਜਾਂਦਾ ਕੀਰਤਨ ਕਿੱਥੇ ਹੈ, ਕਿੱਥੇ ਵਾਹਿਗੁਰੂ ਆਖਿਆ ਜਾਂਦਾ, ਮੇਰੀ ਭੁੱਖ ਹੋਰ ਵਧੀ ਜਾਂਦੀ ਹੈ। ਇਹ ਸੱਚੇ ਪਾਤਸ਼ਾਹ ਇਹ ਸ਼ਬਦ ਜਿਹੜਾ ਨਾ, ਇੱਕ ਚੀਜ਼ ਮੁਝਿਆ ਉਸ ਨੂੰ ਸਾਰ ਪਤਾ ਲੱਗਦਾ, ਸਾਡੀ ਬਾਤ ਨਹੀਂ ਕੀ, ਇਹ ਉਸ ਨੂੰ ਹੈ ਜਿਹਨੂੰ ਸਵਾਦ ਲੱਗ ਗਿਆ, ਚਸਕਾ ਲੱਗ ਗਿਆ, ਇਸ਼ਕ ਪੈ ਗਿਆ। ਉਹ ਕਹਿੰਦਾ ਇੱਕ ਚੀਜ਼ ਮੁਝੇ ਅਮਰ ਜਹਿਰ ਚੀਜ਼ ਨਾ ਪਾ, ਜਿਹਨੂੰ ਪਿਛਿਆ ਦੁਨੀਆਂ ਖਾਣੀ ਸਾਰੀ, ਇੱਕ ਬਿਜਲੀ ਕੜਕਦੀ ਹੈ ਖਤਮ ਹੋ ਜਾਂਦੀ, ਬਿਜਲੀ ਕੜਕਦੀ ਹੈ ਖਤਮ ਹੋ ਜਾਂਦੀ,
ਇੱਦਾਂ ਦੁਨੀਆਂ ਨੇ ਖਤਮ ਹੋ ਜਾਣਾ। ਚਿਰਮਿਲ ਵਸਿਆ ਦੁਨੀਆਂ ਪਾਣੀ ਕਾਨੂੰਨ ਅਕਲ ਮਨ ਗੌਰ ਨਾ ਮਾਨੀ। ਗੌਰ ਮਾਨੇ ਜਿਹੜੀ ਮਿੱਟੀ ਲੈ ਕੇ ਜਾਂਦੇ ਹਾਂ ਨਾ ਸ਼ਮਸ਼ਾਨ ਘਾਟ ਵਿੱਚ, ਇਹਨੇ ਮੌਤ ਨੂੰ ਮੰਨਿਆ ਨਹੀਂ, ਇਹਨੇ ਕਬਰਸਤਾਨ ਭੁਲਾ ਦਿੱਤਾ, ਇਹਨੇ ਮੌਤ ਨੂੰ ਭੁਲਾ ਦਿੱਤਾ। ਇਹ ਮਨ ਜਿਹੜਾ ਹੈ ਇਹਨੇ ਮੌਤ ਨੂੰ ਭੁਲਾ ਦਿੱਤਾ, ਜਦਕਿ ਇਹ ਸਭ ਕੁਝ ਮੁੱਕ ਜਾਣਾ। ਕਹਿੰਦੇ ਇੱਕ ਚੀਜ਼ ਨਹੀਂ ਹੋ ਜਾਣੀ, ਮੈਨੂੰ ਇੱਕ ਚੀਜ਼ ਨਹੀਂ, ਅਮਰ ਗਹਿ ਚੀਜ਼ ਨਾ ਪਾਇਆ, ਮੈਨੂੰ ਹੋਰ ਚੰਗੀ ਨਹੀਂ ਲੱਗੀ। ਮੈਂ ਬੇਨਤੀ ਕਰਾਂਗੇ, ਮੈਂ ਪਤਾ ਕਿਉਂ ਕਰਦਾ, ਤੁਸੀਂ ਅੱਖਾਂ ਬੰਦ ਕਰਕੇ ਇੱਕ ਵਾਰੀ ਮੇਰੇ ਨਾਲ ਕਰੋ, ਬਸ ਮੇਰੀ ਹੋਰ ਕੋਈ ਮੈਂ ਕਥਾ ਵਾਚਕ ਨਹੀਂ ਹਾਂ, ਨਾ ਮੈਂ ਕੋਈ ਕੋਰਸ ਕੀਤਾ, ਮੈਂ ਤਾਂ ਪੜ੍ਹ ਪੜ੍ਹ ਕੇ ਤੁਹਾਨੂੰ ਸੁਣਾਈ ਜਾਣਾ ਆਪਣੇ ਆਪ ਨੂੰ ਵੀ ਤੁਹਾਨੂੰ। ਮਨ ਕਮੀਨ, ਮਨ ਕਮੀਨਾ, ਅੱਖੋ ਭਾਈ ਅੱਖੋ ਭਾਈ ਇਹ ਕਬੂਲ ਨਹੀਂ ਕਰਦਾ, ਇੱਥੇ ਕਬੂਲ ਕਰਦੇ। ਮਨ ਕਮੀਨ ਕਮਤ ਕਮੀਨ, ਮੈਨੂੰ ਨਹੀਂ ਪਤਾ ਅਰਥ ਕੀ ਹੋ ਸਕਦਾ, ਮੈਨੂੰ ਜੋ ਸਮਝ ਆਉਂਦਾ, ਮੈਂ ਇੱਕ ਕਮੀਨਾ ਹੁੰਦਾ, ਮੈਂ ਕਮੀਨੇ ਤੋਂ ਕਮੀਨਾ। ਮਨ ਕਮੀਨ ਕਮਤ ਰੀ, ਤੂੰ ਦਰਿਆ ਮੈਂ ਗੰਦਾ ਹਾਂ ਨਾ, ਤੂੰ ਬੜਿਆ ਦਰਿਆ ਦਿਲ ਹੈ, ਵੱਡੇ ਦਿਲ ਵਾਲਾ, ਮੈਨੂੰ ਇੱਕ ਚੀਜ਼ ਦੇ, ਮੈਨੂੰ ਇੱਕ ਚੀਜ਼ ਦੇ। ਇਸ ਅਵਸਥਾ ਨੂੰ ਇਸੇ ਤਰ੍ਹਾਂ ਨਾਨਕ ਜੀ ਨੂੰ ਕਹਿਣਾ, ਮੈਨੂੰ ਨਾਮ ਦੇ ਦਾਨ ਦੇ, ਉੱਚਾ ਹੋ ਕੇ ਵਾਹਿਗੁਰੂ ਨਹੀਂ ਮਿਲਿਆ, ਜਦੋਂ ਵੀ ਮਿਲਿਆ ਨਾ ਇੱਦਾਂ ਨਹੀਂ ਮਿਲਿਆ, ਇੱਦਾਂ ਮਿਲਿਆ, ਨੀਵਾਂ ਹੋ ਕੇ ਮਿਲਿਆ, ਮਨ ਨੀਵਾਂ ਹੋਇਆ, ਰੱਬ ਮਿਲਿਆ, ਹੋਂ ਕਰਕੇ ਨਹੀਂ ਮਿਲਿਆ। ਕਿਸੇ ਨੇ ਪਾਠ ਕੀਤਾ, ਸੁੰਦਰ ਗੁਟਕਾ ਕਰ ਲਿਆ, ਉੱਥੇ ਦਿਨ ਰਾਤ ਪੜ੍ਹੀ, ਹਾਂ ਆ ਗਈ, ਅਰੇ ਮੈਂ ਤਾਂ ਇੰਨਾ ਵੱਡਾ ਗੁਰ ਸਿੱਖ ਹਾਂ, ਇਹ ਇਨਾਮ ਹੀ ਨਹੀਂ ਜਪਦਾ, ਹਾਂ ਆ ਗਈ ਨਾ। ਹਮ ਕੀਆ ਹਮ ਕਰੇਂਗੇ, ਹਮ ਮੂਰਖ ਗਵਾ, ਇੱਕ ਇਨਾਮ ਜਪਿਆ ਉਹਨੂੰ ਸਮਝ ਆਇਆ ਮੈਂ ਨਹੀਂ ਜਪਿਆ, ਤੁਦ ਭਾਵ ਹੈ ਤਾਂ ਨਾਮ ਜਪਾ, ਤੇਰੀ ਕਿਰਪਾ ਹੋਈ ਤੇ ਨਾਮ ਜਪਿਆ, ਸੁੱਖ ਤੇਰਾ ਦਿੱਤਾ ਲਈ ਹੈ, ਤੂੰ ਕਿਰਪਾ ਕੀਤੀ ਮੈਂ ਨਾਮ ਜਪਿਆ। ਇਹ ਮਨ ਨੀਵੇਂ ਦੀ ਖੇਡ ਹੈ। ਮੈਂ ਬੇਨਤੀ ਕਰਾਂਗੇ, ਮਨ ਕਮੀਨ ਕਮਤ ਕਮੀਨ, ਤੂੰ ਦਰਿਆ ਫੁਟਾਇਆ, ਇਹ ਚੀਜ਼ ਮੁਝੈ ਦੇ, ਇਹ ਚੀਜ਼ ਮੁਝੈ ਦੇ, ਅਮਰ ਗਹਿਰ ਚੀਜ਼ ਨਾ ਸਾਰੇ ਅੱਖਾਂ ਬੰਦ ਕਰਕੇ ਮੈਂ ਆਪਣੇ ਬਾਬਾ ਜੀ ਨੂੰ ਇੱਕ ਚੀਜ਼ ਮੁਝੈ। ਨਾਨਕ ਜੀ ਮੰਨ ਲਿਆ ਮੇਰੀ ਅਵਸਥਾ ਮੰਗਣ ਦੀ ਨਹੀਂ, ਮੇਰਾ ਮਨ ਮੰਗਦਾ ਹੀ ਨਹੀਂ, ਨਾ ਹੋਰ ਹੀ ਹੋਰ ਕੁਛ ਮੰਗਦਾ, ਇੰਨੀਆਂ ਲੰਬੀਆਂ ਲੰਬੀਆਂ ਅਰਦਾਸਾਂ ਕਰਦਾ, ਇਹ ਦੇ ਦੇ ਉਹ ਦੇ ਦੇ, ਨਾਮ ਕਦੋਂ ਮੰਗਦਾ, ਮੰਗਦਾ ਹੀ ਮਨ ਨਹੀਂ ਮੰਗਦਾ। ਪਰ ਫਿਰ ਵੀ ਗਾਵਾਂਗੇ ਨਾਨਕ ਜੀ ਤੁਹਾਡੀ ਬਾਣੀ ਖਾ ਲਾ ਕੇ ਇਸ ਮਨ ਨੂੰ ਕਦੀ ਤੇ ਯਾਦ ਲੱਗੇਗੀ ਨਾ, ਕਦੀ ਇਹਨੂੰ ਸਾਰ ਆਏਗੀ ਨਾਮ ਦੀ। ਸਾਈਂ ਨਾਮ ਅਮੋਲ, ਸਾਈਂ ਨਾਮ ਅਮੋਲ, ਕੀ ਨਾ ਕੋਈ ਜਾਣ ਲੋ ਜਿਨ੍ਹਾਂ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਨ ਦੋ, ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ ਨੇ ਉਹ ਹਰੀ ਦੇ ਰੰਗ ਨੂੰ ਮਾਣਦੇ ਨੇ। ਇੱਕ ਚੀਜ਼ ਨੂੰ ਜਾ ਕੇ ਮੇਰੀ ਬੇਨਤੀ ਦੇ ਹੱਥ ਜੋੜ ਕੇ ਉਦਾਂ ਕਰਦੇ, ਇੱਕ ਚੀਜ਼ ਨੂੰ ਜਾ ਕੇ, ਮੈਂ ਕਮੀਨਾ ਸੱਚੇ ਪਾਤਸ਼ਾਹ, ਮੈਂ ਅੱਤ ਦਾ ਗੰਦਾ ਬੰਦਾ, ਤੂੰ ਬੜਾ ਵੱਡਾ ਹੈ, ਤੂੰ ਜਿਵੇਂ ਪਿਓ ਹੈ ਬੱਚਾ ਨਿੱਕਾ ਹੁੰਦਾ ਚੁੱਕ ਕੇ ਚੁੱਕ ਲੈਂਦਾ, ਪਿਓ ਚੁੱਕੇ ਨਾ ਪੁੱਤਰ ਨੂੰ ਜਪੀ ਨਹੀਂ ਕੰਧਾੜੇ ਨਹੀਂ ਲੈ ਸਕਦਾ, ਪਿਓ ਚੁੱਕਦਾ ਚੁੱਕ ਕੇ ਚੁੱਕ ਲੈਂਦਾ, ਹੇ ਨਾਨਕਾ ਮੈਂ ਡਿੱਗਿਆ ਮੈਨੂੰ ਵੀ ਤੂੰ ਚੁੱਕ ਦੇ। ਇੱਦਾਂ ਦੀ ਮਨ ਦੀ ਗੱਲ ਹੋਵੇ, ਇੱਦਾਂ ਆਪਾਂ ਕਹੀਏ ਇੱਕ ਚੀਜ਼ ਮੁਝੇ ਔਰ ਜੇ ਸੀ
एक चीज मुझे दे, एक चीज मुझे दे, अब जगे चीज Come on.
प्राण नवरा प्राण नवरा
Thank you.
Thank you.